ਭਾਸ਼ਾ ਦੇ ਲਿਖਣ ਢੰਗ ਨੂੰ ਕੀ ਆਂਦਾ ਹੈ ਲਿਪੀ ਸ਼ਬਦ ਰਚਨਾ ਵਿਆਕਰਨ ਦੇ ਅੰਗ ਦਾ ਹਿੱਸਾ ਹੈ ਸ਼ਬਦ ਬੋਧ ਅੰਗ ਦਾ ਸਮਾਨਾਰਥਕ ਸ਼ਬਦ ਅੰਗ ਦਾ ਹਿੱਸਾ ਹਨ ਵਿਆਕਰਨ ਦੇ ਸ਼ਬਦ ਬੋਧ ਅੰਗ ਦਾ ਵਿਸ਼ਰਾਮ ਚਿੰਨ ਵਿਆਕਰਨ ਦਾ ਤਾਂ ਹਿੱਸਾ ਹਨ ਅਰਥ ਬੋਧਾਤ ਦਾ ਵਿਆਕਰਨ ਹੈ ਨੀਮਾ ਦਾ ਸਮੂਹ ਵਰਨ ਬੋਧ ਸ਼ਬਦ ਬੋਧ ਵਾਕ ਬੋਧ ਅਤੇ ਅਰਥ ਬੋਧ ਹਨ ਵਿਆਕਰਨ ਦੇ ਭਾਗ ਅੱਖਰ ਦੇ ਭੇਦ ਹਨ ਸਵਰ ਅੱਖਰ ਵਿਅੰਜਨ ਅੱਖਰ ਦੁੱਤ ਅੱਖਰ ਅਤੇ ਅਨੁਨਾਸਿਕ ਅੱਖਰ ਅੱਖਰ ਜਿਨ੍ਹਾਂ ਦਾ ਉਚਾਰਨ ਨੱਕ ਰਾਹੀਂ ਹੁੰਦਾ ਹੈ ਨੂੰ ਕਿਹਾ ਜਾਂਦਾ ਹੈ ਅਨੁਨਾਸਿਕ ਅੱਖਰ ਪੰਜਾਬੀ ਵਿੱਚ ਕੰਠੀ ਤੁਨੀਆ ਹਨ ਕੱਕਾ ਖਖਾ ਗੱਗਾ ਘੱਗਾ ਪੈਰ ਵਿੱਚ ਲਿਖਿਆ ਅੱਖਰ ਨੂੰ ਕੀ ਆਂਦਾ ਹੈ ਦੁੱਤ ਅੱਖਰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਅੱਖਰ ਵਿਅੰਜਨ ਮੰਮੇ ਦਾ ਉਚਾਰਨ ਸਥਾਨ ਹੈ ਦੋ ਹੋਠੀ ਪਾਵੰਸ਼ੁੰਦੇ ਹਨ ਦੋ ਪ੍ਰਕਾਰ ਦੇ ਅੰਨ ਤੋਂ ਅਗੇਤਰ ਬੰਦਾ ਹੈ ਅਨਪੜ ਅਨਰਥ ਅਤੇ ਅਨਾਰ ਉਪਦਾ ਗਿੱਤਰ ਹੈ ਉਪਕਾਰ ਉਪਜਾਊ ਅਤੇ ਉਪਦੇਸ਼ ਮਾਤ ਦਾ ਗਿੱਤਰ ਹੈ ਮਾਤ ਪਾਸ਼ਾ ਮਾਤ ਬੋਲੀ ਅਤੇ ਮਾਤ ਭੂਮੀ ਆਲੂ ਦਾ ਪਿਛੇਤਰ ਹੈ ਸ਼ਰਧਾਲੂ ਕਿਰਪਾਲੂ ਅਤੇ ਦਿਆਲੂ ਆਰੀ ਦਾ ਪਿਛੇਤਰ ਹੈ ਸੁਨੇਆਰੀ ਕੁਮਿਆਰੀ ਅਤੇ ਪੁਜਾਰੀ आचार का पिछेत्र है भ्रिष्टाचार सदाचार लोगाचार अगेत्र शब्द हैं जो शब्दों के अगे लगन पिछेत्र शब्द हैं जो शब्दों के पिछे लगन